ਵਿਰਾਸਤ ਟੈਲੀਵਿਜ਼ਨ ਦੇ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਆਖਦਾ ਹਾਂ ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ ਵਿੱਚ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਕਰਦਾ ਹਾਂ ਜਿੱਥੇ ਕਿਤੇ ਹੋਵੋਗੇ ਅਕਾਲ ਪੁਰਖ ਅੱਲਾਹ ਤਾਲਾ ਦੇ ਪਾਣੀ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਜਿਵੇਂ ਅਸੀਂ ਵੱਖ-ਵੱਖ ਵਿਧਾਵਾਂ ਦੀਆਂ ਕੁਝ ਕਿਤਾਬਾਂ ਲੈ ਕੇ ਆਉਨੇ ਹਾਂ ਔਰ ਆਪ ਦਰਸ਼ਕਾਂ ਨੂੰ ਯਾਦ ਹੋਵੇਗਾ ਕਿ ਅਸੀਂ ਚਾਹੇ ਸਿੱਕੇ ਇਤਿਹਾਸ ਦੀ ਗੱਲ ਹੋਵੇ ਪੰਜਾਬ ਦੇ ਸੱਭਿਆਚਾਰ ਦੀ ਗੱਲ ਹੋਵੇ ਉੱਥੇ ਕੁਝ ਚੇਟਕਾਂ ਦੀ ਗੱਲ ਹੋਵੇ ਕਹਾਣੀ ਦੀ ਗੱਲ ਹੋਵੇ ਨਾਵਲ ਦੀ ਗੱਲ ਹੋਵੇ ਚਾਹੇ ਉਹ ਨਾਵਲ ਇਤਿਹਾਸਕ ਹੈ ਜਾਂ ਸੱਭਿਆਚਾਰਕ ਹੈ ਜਾਂ ਰੋਮਾਂਸਵਾਦੀ ਹੈ ਬਾਲ ਸਾਹਿਤ ਦੀ ਗੱਲ ਹੋਵੇ ਧਾਰਮਿਕ ਸਾਹਿਤ ਦੀ ਗੱਲ ਹੋਵੇ ਅਸੀਂ ਹਰ ਤਰ੍ਹਾਂ ਦਾ ਚੁਣਿੰਦਾ ਸਾਹਿਤ ਜਿਹੜਾ ਆ ਉਹ ਤੁਹਾਡੇ ਰੂਬਰੂ ਕਰੀਦਾ ਆ ਪਹਿਲਾਂ ਉਸ ਸਬੰਧਤ ਕਿਤਾਬ ਨੂੰ ਖਰੀਦਣਾ ਔਰ ਫਿਰ ਉਹਨੂੰ ਬੈਠਕ ਦੇ ਵਿੱਚ ਪੜਨਾ ਪੜ ਕੇ ਕੁਝ ਨੋਟਸ ਲੈਣੇ ਤੇ ਫਿਰ ਉਸ ਕਿਤਾਬ ਦੇ ਬਾਰੇ ਜਿਹੜੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਵੀ ਕਿਤਾਬ ਦਾ ਵਿਸ਼ਾ ਵਸਤੂ ਕੀ ਹੈ ਕਿਤਾਬ ਕਿਉਂ ਪੜ੍ਹਨੀ ਚਾਹੀਦੀ ਹੈ ਕਿਤਾਬ ਕਦੋਂ ਲਿਖੀ ਗਈ ਸੀ ਕਦੋਂ ਛਾਪੀ ਗਈ ਸੀ ਕਦੋਂ ਪ੍ਰਕਾਸ਼ਿਤ ਹੋਈ ਹੈ ਕਿੰਨੇ ਲਿਖੀ ਸਗੀ ਕਿਹੜੇ ਐਡੀਸ਼ਨ ਛਪ ਚੁੱਕੇ ਨੇ ਕਿਹੜਾ ਉਹ ਸਾਹਿਤਕਾਰ ਹੈ ਸੋ ਇਹ ਸਾਰੀ ਜਾਣਕਾਰੀ ਸੀ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਰੂਬਰੂ ਕਰਦੇ ਆ ਰਹੇ ਹਾਂ ਤੁਹਾਡੀਆਂ ਪ੍ਰਤੀਕਿਰਿਆਵਾਂ ਤੁਹਾਡਾ ਫੀਡਬੈਕ ਸਾਨੂੰ ਮਿਲਦਾ ਹੈ ਜਾਂ ਪਹੁੰਚਦਾ ਹੈ ਤੇ ਬੜਾ ਚੰਗਾ ਲੱਗਦਾ ਹੈ ਸੋ ਜ਼ਰੂਰ ਆਪਣੇ ਸੁਝਾਅ ਸਾਨੂੰ ਜਿਹੜੇ ਭੇਜਿਆ ਕਰੋ ਆਪਣੇ ਰਾਏ ਸਾਡੇ ਨਾਲ ਸਾਂਝੀ ਕਰਿਆ ਕਰੋ ਔਰ ਜੇ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਕਿਤਾਬ ਹੈਗੀ ਹੈ ਤੁਸੀਂ ਸਾਨੂੰ ਰეკਮੈਂਡ ਕਰ ਸਕਦੇ ਆਂ ਅਸੀਂ ਉਹ ਕਿਤਾਬ ਨੂੰ ਖਰੀਦ ਕੇ ਜ਼ਰੂਰ ਪੜਾਂਗੇ ਤੇ ਉਸ ਕਿਤਾਬ ਦੇ ਬਾਰੇ ਜਿਹੜੀ ਸਮੀਖਿਆ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਅੱਗੇ ਚੱਲਦੇ ਆਂ ਅੱਜ ਜਿਹੜੀ ਕਿਤਾਬ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਆਂ ਔਰ ਮੈਂ ਦੱਸ ਤੋਂ ਜਾਵਾਂ ਕਿ ਇਹ ਹਾਸਰਸ ਲੇਖਕ ਵੱਲੋਂ ਲਿਖੀ ਹੋਈ ਕਿਤਾਬ ਹੈ ਔਰ ਉਹ ਹਾਸਰਸ ਲੇਖਕ ਜੋ ਲੇਖਕ ਵੀ ਸੀ ਜੋ ਇੱਕ ਵਕੀਲ ਵੀ ਸੀ ਤੇ ਮੇਰੇ ਤੋਂ ਉੱਪਰਲੀ ਪੀੜ੍ਹੀ ਵਾਲੇ ਜਾਣਦੇ ਹੋਣਗੇ ਕਿ ਅਖਬਾਰਾਂ ਦੇ ਵਿੱਚ ਜੋ ਸਭ ਤੋਂ ਚਰਚਿਤ ਕਾਲਮ ਹੁੰਦਾ ਸੀਗਾ ਉਸੇ ਚਾਚਾ ਚੰਡੇਗੜੀਆ ਸੋ ਚਾਚਾ ਚੰਡੇਗੜੀਆ ਵੱਲੋਂ ਲਿਖੀ ਹੋਈ ਇਹ ਕਿਤਾਬ ਹੈ ਤੇ ਜਿਹੜੇ ਨਵੇਂ ਦਰਸ਼ਕ ਨੇ ਜਾਂ ਨਵੇਂ ਸਰੋਤੇ ਔਰ ਪਾਠਕ ਨੇ ਜਿਨ੍ਹਾਂ ਨੂੰ ਸ਼ਾਇਦ ਚਾਚਾ ਚੰਡੀਗੜੀ ਬਾਰੇ ਨਹੀਂ ਪਤਾ ਹੋਏਗਾ ਮੈਂ ਦੱਸ ਦੇਣਾ ਚਾਹੁੰਦਾ ਵੀ ਉਹਨਾਂ ਦਾ ਨਾਮ ਸੀਗਾ ਡਾਕਟਰ ਗੁਰਨਾਮ ਸਿੰਘ ਤੀਰ ਜਿਨ੍ਹਾਂ ਦੇ ਹਾਸ ਰਸ ਵਿਅੰਗ ਅਖਬਾਰਾਂ ਦੇ ਵਿੱਚ ਹਮੇਸ਼ਾ ਲੋਕ ਜਾਂ ਪਾਠਕ ਬਹੁਤ ਹੀ ਉਤਸ਼ਾਹ ਨਾਲ ਪੜ੍ਹਦੇ ਹੁੰਦੇ ਸੀ ਉਹਨਾਂ ਦੀਆਂ ਟਿੱਪਣੀਆਂ ਉਹਨਾਂ ਦੇ ਕਟਾਕਸ਼ ਚਾਹੇ ਉਹ ਰਾਜਨੀਤਿਕ ਹਾਲਾਤ ਹੋਣ ਜਾਂ ਸਾਹਿਤਕ ਖੇਤਰ ਦੀ ਗੱਲ ਹੋਵੇ ਜਾਂ ਅਲੱਗ-ਅਲੱਗ ਖੇਤਰ ਦੇ ਵਿੱਚ ਜਿਨ੍ਹਾਂ ਦੇ ਨਾਲ ਉਹਨਾਂ ਦਾ ਵਾਅ ਵਾਸਤਾ ਰਿਹਾ ਉਹਨਾਂ ਦੇ ਬਾਰੇ ਬੜੇ ਸੁੰਦਰ ਕਟਾਕਸ਼ ਜਿਹੜਨੇ ਉਹ ਖਬਰਾਂ ਦੇ ਵਿੱਚ ਵੱਖ-ਵੱਖ ਸਮੇਂ ਦੌਰਾਨ ਛਪਦੇ ਰਹੇ ਆ। ਸੋ ਇਹ ਕਿਤਾਬ ਜਿਹੜੀ ਹੈ ਮੇਰੇ ਕੋਲ ਜਿਹੜੀ ਮੈਂ ਤੁਹਾਡੇ ਨਾਲ ਰਿਵਿਊ ਕਰਨ ਜਾ ਰਿਹਾ ਇਸ ਕਿਤਾਬ ਦਾ ਨਾਂ ਹੈਗਾ ਜੀ ਮੈਨੂੰ ਮੈਥੋਂ ਬਚਾਓ। ਇਹ ਕਿਤਾਬ ਪਹਿਲੀ ਵਾਰੀ ਸਾਲ 1968 ਵਿੱਚ ਪ੍ਰਕਾਸ਼ਿਤ ਹੋਈ ਸੀ ਔਰ ਜਿਹੜਾ ਐਡੀਸ਼ਨ ਮੈਂ ਪੜਿਆ ਆ ਇਹ ਸਾਲ 2015 ਦਾ ਐਡੀਸ਼ਨ ਹੈ। ਡਾਕਟਰ ਗੁਰਨਾਮ ਸਿੰਘ ਤੀਰ ਦੇ ਜਿਹੜੇ ਉਸਤਾਦ ਜੀ ਸੀ ਕन्हैयालाल ਕਪੂਰ ਜੀ ਉਹਨਾਂ ਨੇ ਇਸ ਕਿਤਾਬ ਦਾ ਮੁਖਬੰਦ ਲਿਖਿਆ ਹੈ। ਔਰ ਉਸ ਤੋਂ ਪਹਿਲਾਂ ਦੋ ਸ਼ਬਦ ਹੈਗੇ ਨੇ ਜੋ ਇਹਨਾਂ ਦੀ ਬੇਟੀ ਵੱਲੋਂ ਬੱਬੂ ਤੀਰ ਵੱਲੋਂ ਲਿਖੇ ਹੋਏ ਨੇ ਔਰ ਉਹ ਇਹ ਗੱਲ ਲਿਖਦੀ ਹੈ ਕਿਤਾਬ ਦੇ ਵਿੱਚ ਕਿ ਜਦੋਂ ਉਹਨਾਂ ਦੇ ਉਸਤਾਦ ਨੇ ਇਸ ਕਿਤਾਬ ਦੇ ਬਾਰੇ ਆਪਣੇ ਵਿਚਾਰ ਕਿਤਾਬ ਦੇ ਆਰੰਭ ਵਿੱਚ ਪ੍ਰਗਟ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਕਿਤਾਬ ਦੇ ਬਾਰੇ ਕੁਝ ਹੋਰ ਲਿਖਣ ਜਾਂ ਕਹਿਣ ਵਾਸਤੇ ਨਹੀਂ ਰਹਿ ਜਾਂਦਾ ਔਰ ਮੈਂ ਇਹ ਜ਼ਰੂਰ ਕਹਾਂਗਾ ਆਪਣੇ ਪਾਠਕਾਂ ਨੂੰ ਵੀ ਜੇ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਖਿਆਲ ਆਏ ਕਿ ਇਹ ਜਿਹੜੀ ਵਿਆਗਾਤਮਕ ਕਿਤਾਬ ਹੈ ਜਾਂ ਖਾਸ ਰਸ ਦੀ ਕਿਤਾਬ ਹੈਗੀ ਹੈ ਇਹ ਖਰੀਦ ਕੇ ਪੜ੍ਹਨੀ ਹੈ ਤਾਂ ਉਹ ਮੈਂ ਜ਼ਰੂਰ ਕਹਾਂਗਾ ਵੀ ਕਿਤਾਬ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਉਹਨਾਂ ਦੇ ਉਸਤਾਦ ਜੀ ਵੱਲੋਂ ਲਿਖਿਆ ਹੋਇਆ ਇਹਦਾ ਮੁਖਬੰਦ ਹੈ ਕਿਤਾਬ ਦਾ ਉਹ ਪਹਿਲਾਂ ਜ਼ਰੂਰ ਪੜ ਲੈਣ ਉਸ ਤੋਂ ਬਾਅਦ ਕੀ ਹੋਗਾ ਵੀ ਕਿਤਾਬ ਦੀਆਂ ਹੋ ਸਕਦਾ ਕੁਝ ਗੱਲਾਂ ਤੁਹਾਨੂੰ ਨਾ ਸਮਝ ਹੁਣ ਪਰ ਉਹ ਪੜਿਆ ਹੋਣ ਕਰਕੇ ਤੁਹਾਨੂੰ ਕਿਤਾਬ ਦੀ ਸਿنف ਕਿਤਾਬ ਦਾ ਵਿਸ਼ਾ ਵਸਤੂ ਕਾਫੀ ਹੱਦ ਤੱਕ ਸਾਫ਼ ਹੋ ਜਾਊਗਾ ਤੇ ਤੁਸੀਂ ਸਮਝ ਸਕੋਗੇ ਵੀ ਕਿਤਾਬ ਕਿਸ ਵਿਧਾ ਦੇ ਵਿੱਚ ਔਰ ਕਿਸ ਹਾਲਾਤਾਂ ਦੇ ਉੱਤੇ ਕਿਸ ਸਮੇਂ ਦਾ ਕਿਸ ਤਰ੍ਹਾਂ ਕਟਾਕਸ਼ ਜਿਹੜੀ ਹੈ ਉਹ ਕਰਦੇ ਵੀ ਕਿਉਂਕਿ 1968 ਵਿੱਚ ਕਿਤਾਬ ਦਾ ਛਪਣਾ ਤੇ ਲਿਖਤਾ 1968 ਤੋਂ ਪਹਿਲਾਂ ਦੀ ਹੀ ਹੋਣਗੀਆਂ ਤਾਂ ਹੀ ਤਾਂ ਮੈਂ ਕਿਹਾ ਸੀ ਨਾ ਵੀ ਸ਼ੁਰੂਆਤ ਵਿੱਚ ਕਿ ਜਿਹੜੀ ਮੇਰੀ ਤੋਂ ਉੱਪਰਲੀ ਪੀੜ੍ਹੀ ਹੈ ਉਹ ਜਾਣਦੀ ਹੋਏਗੀ ਚਾਚਾ ਚੰਡੀਗੜੀ ਦੇ ਨਾਮ ਨੂੰ ਪਰ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣਦੀਆਂ ਨੇ ਕਿਉਂਕਿ ਸਾਹਿਤ ਦੀ ਉਮਰ ਸਾਹਿਤਕਾਰ ਨਾਲੋਂ ਕਿਤੇ ਜ਼ਿਆਦਾ ਲੰਮੀ ਹੁੰਦੀ ਹੈ ਇਹ ਕਿਤਾਬ ਲਾਹੌਰ ਬੁਖਸ਼ਾਪ ਤੋਂ ਛਾਪੀ ਗਈ ਸੀ ਤਕਰੀਬਨ ਕਿਤਾਬ ਦੇ 287 ਪੰਨੇ ਆ ਔਰ 287 ਪੰਨਿਆਂ ਦੇ ਵਿੱਚ ਜੇਸੀਂ ਗੱਲ ਕਰਦੇ ਆ ਬੇ ਤਕਰੀਬਨ ਲਗਭਗ 27 ਸਿਰਲੇਖ ਐ ਸੇ ਹੈਗੇ ਨੇ ਜਿਨ੍ਹਾਂ ਦੇ ਬਾਰੇ ਜਿਹੜਾ ਇਹਦੇ ਵਿੱਚ ਵਿਸ਼ਾ ਵਸਤੂ ਜਾਂ ਵਾਰਤਕ ਦੇ ਰੂਪ ਦੇ ਵਿੱਚ ਜਾਂ ਵਿਅੰਗਾਤਮਕ ਦੇ ਰੂਪ ਦੇ ਵਿੱਚ ਜਾਂ ਫਿਰ ਹਾਸ ਰਸ ਦੇ ਰੂਪ ਵਿੱਚ ਮੈਟਰ ਜਿਹੜਾ ਆ ਜਾਂ ਮਟੀਰੀਅਲ ਜਾਂ ਸਮਗਰੀ ਇਹਦੇ ਵਿੱਚ ਸ਼ਾਮਲ ਹੈ ਕੁਝ ਮੈਂ ਜ਼ਿਕਰ ਕਰਦਾ ਆ ਜਿਵੇਂ ਉਦੋਂ ਮੇਰੀ ਇੱਜ਼ਤ ਵਧਦੀ ਹੈ ਅਨੋਖਾ ਦੁਨੀਆਦਾਰ ਸੁਹਾਗਰਾਤ ਇਹ ਮੇਰੇ ਸ਼ੁਭਚਿੰਤਕ ਸਦਕੇ ਤੇਰੇ ਨੰਬਰਾਂ ਦੇ ਸਟੋਰ ਵਿੱਚ ਹੰਸ ਰਾਜ ਬਨਾਮ ਰਾਜ ਹੰਸ ਕਿੱਥੇ ਠਹਿਰੀਏ ਕਰੈਕਟਰ ਖਿਆਨਤ ਛੋਟੀਆਂ ਬੇਈਮਾਨੀਆਂ 26 ਜਨਵਰੀ ਦੀ ਸੌ ਜੱਟ ਦਾ ਵਰਤ ਜਾਨ ਹਾਜ਼ਰ ਹੈ ਡਾਕਟਰ ਤਵਾਜ਼ਨ ਫੂਕ ਸ਼ਾਸਤਰ ਤੁਸ਼ ਸੇਵਕ 12ਵੀਂ ਤਨਖਾਹ ਬਾਬਾ ਫਿਕਰਮੰਦ ਬਾਬੂ ਆਸਾਨੰਦ ਬਾਬਾ ਰੰਗੀਰਾਮ ਮਿਸਟਰ ਪਾਡਾ ਮੌਤ ਨਾਲ ਦੋ ਹੱਥ ਤੇ ਮੈਨੂੰ ਮੈਥੋਂ ਬਚਾਓ ਲੱਖ ਰੁਪਏ ਦਾ ਅਸੂਲ ਸ਼ਾਸਤਰਾਂ ਵਿੱਚ ਲਿਖਿਆ ਹੈ ਸ਼ੁਕਰ ਹੈ ਸ਼ੁਕਰ ਹੈ ਸੋ ਇਹ 287 ਪੰਨੇ ਨੇ ਜਿਹਦੇ ਉੱਤੇ ਇਹ ਇਨਾ ਸਰਲੇਖਾਂ ਜਿੰਨਾਂ ਦਾ ਮੈਂ ਜ਼ਿਕਰ ਕੀਤਾ ਹੈ ਇੰਡੈਕਸ ਦੇ ਵਿੱਚੋਂ ਦੇਖ ਕੇ ਉਹ ਉਹਦੇ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੇ ਔਰ ਮੈਂ ਦੱਸ ਦਿਆਂਗਾ ਵੀ ਕਿਤਾਬ ਜਿਹੜੀ ਸਮਰਪਣ ਕੀਤੀ ਗਈ ਹੈ ਸਾਇੰਸਦਾਨਾ ਸਾਹਿਤਕਾਰਾਂ ਤੇ ਆਰਟਿਸਟਾਂ ਦੇ ਕਦਰਦਾਨਾਂ ਅਤੇ ਪੰਜਾਬੀਅਤ ਦੇ ਆਸ਼ਕ ਸਵਰਗੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੂੰ ਉਹ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਨਾਮ ਤੋਂ ਅਸੀਂ ਸਾਰੇ ਪਲੀਪਾਂਤ ਜਾਣਦੇ ਹਾਂ ਕਿ ਜਦੋਂ ਵਟਵਾਰਾ ਹੁੰਦਾ ਹੈ ਤੇ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਸ਼ਰਨਾਰਥੀ ਆਏ ਉਹਨਾਂ ਨੂੰ ਮੁੜ ਵਸਾਉਣ ਦੇ ਵਿੱਚ ਬਹੁਤ ਵੱਡਾ ਰੋਲ ਬੜੀ ਵੱਡੀ ਭੂਮਿਕਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਵੱਲੋਂ ਅਦਾ ਕੀਤੀ ਗਈ ਸੀ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸੰਸਥਾਪਨਾ ਦੇ ਵਿੱਚ ਬੜਾ ਵੱਡਾ ਯੋਗਦਾਨ ਰਿਹਾ ਚੰਡੀਗੜ੍ਹ ਸ਼ਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਉਹਦੇ ਨਾਲ ਰੋਕ ਗਾਰਡਨ ਦੀ ਗੱਲ ਕਰਦੇ ਆਂ ਜਾਂ ਰੋਜ਼ ਗਾਰਡਨ ਦੀ ਗੱਲ ਕਰਦੇ ਆਂ ਉਹਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਖਾਸ ਤੌਰ ਤੇ ਜੇ ਤੁਸੀਂ ਕਲਾ ਦੀ ਗੱਲ ਕਰੀਏ ਤੇ ਕਲਾ ਵਿੱਚ ਵੀ ਬਹੁਤ ਵੱਡਾ ਯੋਗਦਾਨ ਸਰਦਾਰ ਮਹਿੰਦਰ ਸਿੰਘ ਰੰਧਾਵਾ ਦਾ ਰਿਹਾ ਸੀ ਤੇ ਸਾਡੇ ਦਰਸ਼ਕਾਂ ਨੂੰ ਇਹ ਗੱਲ ਯਾਦ ਹੋਏਗੀ ਕਿ ਮੈਂ ਉਹਨਾਂ ਦੀ ਸਵੈ ਜੀਵਨੀ ਆਪ ਬੀਤੀ ਆਪ ਸਾਰਿਆਂ ਦੇ ਨਾਲ ਪਹਿਲਾਂ ਮੈਂ ਸਾਂਝੀ ਕਰ ਚੁੱਕਿਆ ਉਹਦੀ ਸਮੀਖਿਆ ਤੁਹਾਰ ਨਾਲ ਸਾਂਝੀ ਕਰ ਚੁੱਕੇ ਆ ਸੋ ਉਸ ਸ਼ਖਸੀਅਤ ਨੂੰ ਡਾਕਟਰ ਗੁਰਨਾਮ ਸਿੰਘ ਤੀਰਹੋੜਾ ਵੱਲੋਂ ਆਪਣੇ ਲਿਖਤ ਮੈਨੂੰ ਮੈਥੋਂ ਬਚਾਓ ਨਾਮ ਦੀ ਜਿਹੜੀ ਕਿਤਾਬ ਹੈ ਉਸ ਸਮਰਪਣ ਕੀਤੀ ਗਈ ਹੈ 287 ਪੰਨੇ ਆ ਲਾਹੌਰ ਬੁੱਕ ਸ਼ਾਪ ਵੱਲੋਂ ਇਸ ਕਿਤਾਬ ਨੂੰ ਛਾਪਿਆ ਗਿਆ ਹੈ ਸੋ ਉਮੀਦ ਕਰਦਾ ਹਾਂ ਕਿ ਕਿਤਾਬ ਦੇ ਬਾਰੇ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਕਿਉਂਕਿ ਜ਼ਿਆਦਾ ਡਿਟੇਲ ਅਸੀਂ ਇਹਨੂੰ ਸਮਰੀ ਨਹੀਂ ਕਰਨਾ ਹੁੰਦਾ ਸਮੀਖਿਆ ਹੁੰਦਾ ਵੀ ਟੂ ਦਾ ਪੁਆਇੰਟ ਤੁਹਾਨੂੰ ਵਿਸ਼ਾ ਵਸਤੂ ਦੱਸ ਦਈਏ ਤਾਂ ਕਿ ਕਿਤਾਬ ਤੁਸੀਂ ਜਿਹੜੀ ਹੈ ਉਹ ਆਪ ਖਰੀਦ ਕੇ ਪੜੋ ਸੋ ਸਾਹਿਤ ਪ੍ਰਤੀ ਸੰਜੀਦਾ ਹੋ ਕੇ ਗੰਭੀਰ ਹੋ ਕੇ ਉਮਦਾ ਸਾਹਿਤ ਜਿਹੜਾ ਆ ਉਹ ਪੜਨਾ ਸਾਡੀ ਜ਼ਿੰਦਗੀ ਨੂੰ ਬਹੁਤ ਸੁਖਾਲਾ ਕਰਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਹੁਤ ਕੁਝ ਸਮਝਣ ਨੂੰ ਮਿਲਦਾ ਹੈ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਇਹ ਰਿਵਿਊ ਤੁਹਾਨੂੰ ਚੰਗਾ ਲੱਗਾ ਹੋਵੇਗਾ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਕਿਤਾਬ ਤੇ ਉਸ ਦੇ ਸਿਰਜਣਹਾਰ ਦੇ ਨਾਲ ਜਾਂ ਉਹਦੇ ਬਾਬਤ ਅਪਾਂ ਗੱਲਬਾਤ ਕਰਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ